ਰੱਖ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਸੈਨਿਕ ਯੋਗਦਾਨ ਸਿਹਤ ਯੋਜਨਾ ECSH ਲਾਭਪਾਤਰੀਆਂ ਵੱਲੋਂ ਸੈਨਾ ਅਤੇ ਹਥਿਆਰਬੰਦ ਫੌਜੀ ਹਸਪਤਾਲਾਂ ਵਿੱਚ ਇਲਾਜ ਲਈ ਵਸੂਲੇ ਗਏ ਹਸਪਤਾਲ ਸਟਾਪੇਜ ਰੋਲ ਦੀ ਪੂਰੀ ਅਦਾਇਗੀ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੌਜੂਦਾ ਨੀਤੀ ਅਨੁਸਾਰ ਸੈਨਿਕ ਹਸਪਤਾਲਾਂ ਵਿੱਚ ਇਲਾਜ ਲਈ ਖਰਚੇ ਗਏ ਹਸਪਤਾਲ ਸਟਾਪੇਜ ਰੋਲ ਅਤੇ ਕੋਈ ਹੋਰ ਖਰਚੇ ECSH ਮੈਂਬਰ ਵੱਲੋਂ ਪੂਰੇ ਤੌਰ ਤੇ ਅਦਾ ਕੀਤੇ ਜਾਂਦੇ ਨੇ ਅਤੇ ਇਹ ਵਾਪਸੀ ਅਦਾਇਗੀ ਯੋਗ ਨਹੀਂ ਹੁੰਦੇ ਇਹ ਹਸਪਤਾਲ ਸਿਰਫ ਸਾਬਕਾ ਸੈਨਿਕਾਂ ਉਹਨਾਂ ਦੀਆਂ ਧਰਮ ਪਤਨੀਆਂ 25 ਸਾਲ ਤੋਂ ਘਟ ਉਮਰ ਦੇ ਬੱਚਿਆਂ ਤੇ ਮਾਪਿਆਂ ਲਈ ਕੁਝ ਸੀਮਾ ਤੱਕ ਮੁਫਤ ਇਲਾਜ ਮੁਹੱਈਆ ਕਰਾਉਂਦੇ ਨੇ ਅਸ਼ੁਰਿਤ ਭਰਾਵਾਂ ਅਤੇ ਭੈਣਾਂ ਅਣਵਿਆਹੀਆਂ ਭੈਣਾਂ ਅਤੇ ਦਿਵੰਗ ਬੱਚਿਆਂ ਨੂੰ ਇਲਾਜ ਲਈ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਹਸਪਤਾਲ ਸਟਾਪੇਜ ਰੂਲ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਹਸਪਤਾਲ ਸਟਾਪੇਜ ਰੂਲ ਦੀ ਅਦਾਇਗੀ ਸੰਬੰਧੀ ਕਈ ਪ੍ਰਤੀਨਿਧਤਾਵਾਂ ਪ੍ਰਾਪਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ